ਫਤਿਹ ਪ੍ਰਵਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਜੀ ਕਰੋਸ਼ੀਆ ਦੇਸ਼ 'ਤੇ। ਕਈ ਵੀਰਾਂ ਦੇ ਮੈਨੂੰ ਮੈਸੇਜ ਆਏ ਕਰੋਸ਼ੀਆ ਤੋਂ ਵੀ, ਦੁਬਈ ਤੋਂ ਵੀ, ਇੰਡੀਆ ਤੋਂ ਵੀ। ਜਿਵੇਂ ਆਪਾਂ ਇੰਸਟਾਗ੍ਰਾਮ 'ਤੇ ਪਾ ਦਈਦੀ ਹੈ ਵੀਡੀਓ, ਹੈ ਨਾ, ਅਤੇ ਵੀਰ ਮੈਸੇਜ ਕਰਦੇ ਆ, ਵੀਰੇ ਅਸੀਂ ਆ ਸਕਦੇ ਹਾਂ, ਕਿੱਦਾਂ ਦਾ ਦੇਸ਼ ਆ, ਕੀ ਸਿਸਟਮ ਆ, ਹੈ ਨਾ। ਵੈਸੇ ਤਾਂ ਬਹੁਤ ਵੀਡੀਓ ਇਸ ਟੋਪਿਕ 'ਤੇ ਕਰੋਸ਼ੀਆ ਦੇਸ਼ 'ਤੇ ਬੜੇ ਵੀਰਾਂ ਨੇ ਬਣਾਈਆਂ ਹੋਈਆਂ ਨੇ, ਤੁਸੀਂ ਦੇਖ ਵੀ ਸਕਦੇ ਹੋ। ਅਤੇ ਬਹੁਤ ਸੋਹਣਾ ਦੇਸ਼ ਆ ਜੀ ਕਰੋਸ਼ੀਆ, ਯੂਰਪ ਯੂਨੀਅਨ ਦੇ ਵਿੱਚ ਪੈਂਦਾ ਵਾ। ਅਤੇ ਬਹੁਤ ਵੀਰ ਇੰਡੀਆ ਤੋਂ ਅਤੇ ਗਲਫ ਤੋਂ ਇੱਥੇ ਆ ਚੁੱਕੇ ਆ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ ਵੀ ਇਸ ਦੇਸ਼ ਵਿੱਚ ਬੰਦੇ ਗੱਡੀਆਂ ਚਲਾ ਰਿਹਾ, ਤੁਸੀਂ ਵੀ ਆ ਸਕਦੇ ਹੋ। ਬਸ ਤੁਹਾਨੂੰ ਇੱਕ ਏਜੰਟ ਦੀ ਸਹੀ ਦੀ ਲੋੜ ਆ, ਤੁਹਾਨੂੰ ਏਜੰਟ ਸਹੀ ਮਿਲ ਜਾਂਦਾ ਅਤੇ ਤੁਸੀਂ ਇਸ ਦੇਸ਼ ਵਿੱਚ ਆ ਸਕਦੇ ਹੋ। ਤੁਹਾਡੇ ਕੋਲ ਹੈਵੀ ਲਾਇਸੈਂਸ ਚਾਹੀਦਾ ਕਿਸੇ ਵੀ ਦੇਸ਼ ਦਾ। ਪਹਿਲਾਂ ਤਾਂ ਇਹੀ ਗੱਲ ਆ ਵੀ ਜਿੰਨੇ ਵੀਰ ਮੇਰੇ ਇੰਡੀਆ ਤੋਂ ਦੇਖ ਰਹੇ ਆ ਵੀਡੀਓ, ਜ਼ਰੂਰ ਹੈਵੀ ਲਾਇਸੈਂਸ ਆਪਦਾ ਬਣਾਓ, ਬਹੁਤ ਫਾਇਦਾ ਜੀ ਉਹਦਾ ਇਹਨਾਂ ਕੰਟਰੀਆਂ ਦੇ ਵਿੱਚ। ਠੀਕ ਹੈ, ਜਿਹੜੇ ਵੀਰ ਦੁਬਈ ਤੋਂ ਵੀ, ਕਈਆਂ ਦੇ ਮੈਸੇਜ ਆਇਆ ਬਾਈ ਇੰਟਰਵਿਊ ਆਈ ਆ ਕਰੋਸ਼ੀਆ ਦੇਸ਼ ਬਾਰੇ, ਕਿੱਦਾਂ ਦੇਸ਼ ਆ, ਅਸੀਂ ਆ ਸਕਦੇ ਹਾਂ, ਕੀ ਸਿਸਟਮ ਆ। ਹਾਂਜੀ ਬਾਈ, ਤੁਸੀਂ ਜ਼ਰੂਰ ਆ ਸਕਦੇ ਹੋ, ਇਸ ਦੇਸ਼ ਵਿੱਚ ਵਧੀਆ ਦੇਸ਼ ਆ। ਦੇਖੋ ਦੇਸ਼ ਕੋਈ ਮਾੜਾ ਚੰਗਾ ਨਹੀਂ ਹੁੰਦਾ, ਕਈਆਂ ਦਾ ਕੰਮ ਲੋਟ ਆਇਆ ਉਹ ਦੁਬਈ ਆ ਜਾਂਦਾ, ਕਈਆਂ ਦਾ ਪਿੰਡ ਹੀ ਆ ਜਾਂਦਾ, ਕਈਆਂ ਦਾ ਬਾਹਰ ਜਾ ਕੇ ਵੀ ਨਹੀਂ ਆਉਂਦਾ, ਹੈ ਨਾ। ਹੁਣ ਕਈ ਵੀਰ ਲਥੂਨੀ ਆ ਕੇ ਵੀ ਤੰਗ ਆ, ਕਈ ਵੀਰ ਕਹਿੰਦੇ ਅਸੀਂ ਬਹੁਤ ਵਧੀਆ ਵਾਂ। ਠੀਕ ਆ, ਹਰੇਕ ਦਾ ਵੀਰੇ ਪੁਆਇੰਟ ਆਫ ਵਿਊ ਅਲੱਗ ਅਲੱਗ ਹੁੰਦਾ, ਕਈਆਂ ਨੂੰ ਸੈੱਟ ਆ ਜਾਂਦਾ, ਕਈਆਂ ਨੂੰ ਨਹੀਂ ਸੈੱਟ ਆਉਂਦਾ। ਠੀਕ ਆ ਜੀ, ਪਰ ਵਧੀਆ ਦੇਸ਼ ਆ ਬਾਈ। ਕਈ ਵੀਰਾਂ ਦੇ ਮੈਸੇਜ ਆਉਂਦੇ ਸੀ ਕਰੋਸ਼ੀਆ ਦੇਸ਼ ਤੋਂ, ਬਾਈ ਅਸੀਂ ਇੱਥੇ ਕਨਵਰਟ ਕਰਾ ਸਕਦੇ ਹਾਂ TRP। ਹਾਂਜੀ, ਤੁਸੀਂ ਕਰਵਾ ਸਕਦੇ ਹੋ, ਕਰੋਸ਼ੀਆ ਵਿੱਚ ਵੀ ਏਜੰਟ ਬੈਠੇ ਆ, ਉਹਨਾਂ ਨਾਲ ਸੰਪਰਕ ਕਰਕੇ ਵੀ ਜਿੱਥੇ ਡਰਾਈਵਰ ਰੱਖਦੇ ਆ ਸਾਡੀਆਂ ਇੰਟਰਵਿਊਆਂ ਦਵਾ ਦਿਓ, ਟਰਾਈਆਂ ਦਵਾ ਦਿਓ, ਉੱਥੇ ਟਰਾਈਆਂ ਦੇ ਕੇ ਤੁਹਾਡੀ ਜਿਹੜੀ TRP ਆ ਚੇਂਜ ਹੋ ਸਕਦੀ ਆ, ਅਤੇ ਤੁਸੀਂ ਡਰਾਈਵਰੀ ਜੋਬ 'ਚ ਆ ਸਕਦੇ ਹੋ। ਉਹਨਾਂ ਨੇ ਤੁਹਾਡੇ ਕੰਪਨੀ ਦੇ ਸਾਰੇ ਪੇਪਰ ਬਣਾ ਦੇਣੇ ਆ, 95 ਨੰਬਰ ਕੋਡ ਹੋ ਗਿਆ, ਟੈਕੋ ਕਾਰਡ ਹੋ ਗਿਆ, ਹੈ ਨਾ, ਜਿਵੇਂ ਵੀ A1 ਪੇਪਰ ਹੋ ਗਿਆ, ਡੈਡ ਪੇਪਰ ਹੋ ਗਿਆ, ਸਾਰੇ ਕੰਪਨੀ ਨੇ ਬਣਾ ਦੇਣੇ, ਉਹਦੀ ਤੁਹਾਨੂੰ ਚਿੰਤਾ ਨਹੀਂ। ਬਟ ਟਾਈਮ ਲੱਗ ਜਾਂਦਾ, 2-3 ਮਹੀਨੇ ਖੱਜਲ ਖਰਾਬੀ ਜ਼ਰੂਰ ਹੁੰਦੀ ਆ, ਉਹ ਤੁਸੀਂ ਆਪਦੇ ਉਨੇ ਕੁ ਪੇਸੈਂਸ ਰੱਖਿਓ ਅਤੇ ਉਨੇ ਕੁ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਆ ਵੀ ਬਹਿ ਕੇ ਤੁਸੀਂ ਰੋਟੀ ਪਾਣੀ ਆਪਦਾ ਖਾ ਸਕੋ। ਦੇਖੋ ਜੀ, ਜਿਹੜਾ ਤੁਹਾਡੀ TRP ਆ ਉਹ ਤਾਂ ਚੇਂਜ ਹੋ ਜਾਣੀ ਆ। ਲਾਇਸੈਂਸ ਤੁਸੀਂ ਜਿਹੜੇ ਵੀਰ ਉੱਥੇ ਬੈਠੇ ਹੋ ਕਰੋਸ਼ੀਆ 'ਚੋਂ, ਚਾਹੇ ਕੰਮ ਹੋਰ ਕਰਦੇ ਹੋ, ਤੁਹਾਡੇ ਕੋਲ ਇੰਡੀਆ ਦਾ ਹੈਵੀ ਲਾਇਸੈਂਸ ਹੈਗਾ ਵਾ, ਤੁਸੀਂ ਕੋਸ਼ਿਸ਼ ਕਰੋ ਵੀ ਉੱਥੇ ਦੀ ਅਥਾਰਟੀ ਆ ਜਿਹੜੀ ਟਰਾਂਸਪੋਰਟ, ਹੈ ਨਾ, ਗੂਗਲ 'ਤੇ ਸਰਚ ਕਰ ਲਓ ਜਾਂ ਕਿਸੇ ਵੀਰ ਤੋਂ ਪਤਾ ਕਰ ਲਓ, ਹੈ ਨਾ, ਉੱਥੇ ਜਾ ਕੇ ਤੁਸੀਂ ਆਪਦਾ ਲਾਇਸੈਂਸ ਚੇਂਜ ਕਰਾਉਣ ਦਾ ਪ੍ਰੋਸੈਸ ਸਟਾਰਟ ਜ਼ਰੂਰ ਕਰੋ, ਜਿਨ੍ਹਾਂ ਵੀਰਾਂ ਕੋਲ ਇੰਡੀਆ ਦਾ ਹੈਵੀ ਲਾਇਸੈਂਸ ਹੈਗਾ ਵਾ। ਠੀਕ ਹੈ ਜੀ, ਬਾਕੀ ਜਿਹੜੇ ਵੀਰ ਦੁਬਈ ਤੋਂ ਆ ਜਾਂ, ਹੈ ਨਾ, ਕਿਤੋਂ ਵੀ ਨੇ, ਬਾਕੀ ਕਤਰ ਕਵੈਤ ਤੋਂ, ਉਹ ਵੀ ਵੀਰ ਏਜੰਟ ਦੇ ਥਰੂ ਇੱਥੇ ਆ ਸਕਦੇ ਆ, ਲਾਇਸੈਂਸ ਇੱਥੇ ਚੇਂਜ ਹੋ ਜਾਂਦਾ, ਇੱਕ ਦਾ ਇਹ ਬੈਨੀਫਿਟ ਆ। ਠੀਕ ਹੈ ਜੀ, ਆਉਣ ਵਾਲੇ ਸਮੇਂ 'ਚ ਲਾਇਸੈਂਸ ਤੁਹਾਨੂੰ ਪਤਾ ਸਭ ਨੂੰ ਬਣਾਉਣਾ ਪੈਣਾ, ਜ਼ਰੂਰੀ ਆ, ਇੱਕ PR ਆ ਲਾਇਸੈਂਸ, ਅਤੇ ਉਹ ਸਾਰਿਆਂ ਨੂੰ ਬਣਾਉਣਾ ਪੈਣਾ। ਪਰ ਇਸ ਦੇਸ਼ ਦੀ ਇਹ ਸਹੂਲਤ ਆ ਕਿ ਇੱਥੇ ਚੇਂਜ ਹੋ ਜਾਂਦਾ, ਜਿਵੇਂ ਇਸ ਦੇਸ਼ ਵਿੱਚ ਸਲਵਾਕੀਆ 'ਚ, ਹੈ ਨਾ, ਲਟਵੀਆ 'ਚ, ਹੋਰ ਬਹੁਤ ਦੇਸ਼ ਨੇ, ਬਹੁਤੀ ਗਿਣਤੀ 'ਚ ਦੇਸ਼ਾਂ 'ਚ ਚੇਂਜ ਹੋ ਜਾਂਦਾ, ਡੈਨਮਾਰਕ ਹੋ ਗਿਆ, ਮੈਂ ਅੱਗੇ ਵੀ ਵੀਡੀਓ ਬਣਾਈ ਆ। ਅਤੇ ਤੁਸੀਂ ਕਰੋਸ਼ੀਆ ਦੇਸ਼ ਵਿੱਚ ਆ ਸਕਦੇ ਹੋ, ਇੰਟਰਵਿਊਆਂ ਜਾ ਰਹੀਆਂ ਨੇ ਦੁਬਈ, ਪਹਿਲਾਂ ਨਹੀਂ ਜਾ ਰਹੀਆਂ ਸੀ ਇੰਨੀਆਂ, ਹੈ ਨਾ, ਹੁਣ ਦਿਨ ਬ ਦਿਨ ਹਰੇਕ ਦੇਸ਼ ਵਿੱਚ ਵੀਰੇ ਡਰਾਈਵਰਾਂ ਦੀ ਰਿਕੁਆਇਰਮੈਂਟ ਵੱਧਦੀ ਜਾ ਰਹੀ ਹੈ, ਇੱਧਰ ਦੇ ਲੋਕ ਕੰਮ ਨਹੀਂ ਕਰ ਰਹੇ, ਹਰੇਕ ਦੇਸ਼ ਨੇ ਆਉਣ ਵਾਲੇ ਸਮੇਂ 'ਚ ਡਰਾਈਵਰ ਰੱਖਣੇ ਆ। ਹੁਣ ਤੁਸੀਂ ਜਿਹੜੇ ਵੀਰ ਇੰਡੀਆ ਬੈਠੇ ਹੋ, ਦੁਬਈ ਕਤਰ ਜਾਣ ਦੀ ਬਜਾਏ ਸਿੱਧਾ ਵੀ ਤੁਸੀਂ ਇਹਨਾਂ ਦੇਸ਼ਾਂ 'ਚ ਆ ਸਕਦੇ ਹੋ। ਪੋਲੈਂਡ ਬਹੁਤ ਵੀਰ ਆਏ ਆ ਸਿੱਧਾ ਇੰਡੀਆ ਤੋਂ, ਕਰੋਸ਼ੀਆ ਬਹੁਤ ਆਏ ਆ, ਅਸਟੋਨੀਆ ਬਹੁਤ ਆਏ ਆ, ਹੈ ਨਾ, ਤੁਸੀਂ ਵੀ ਆ ਸਕਦੇ ਹੋ। ਬਸ ਇੱਕ ਏਜੰਟ ਨੂੰ ਲੱਭੋ,
ਤੇ ਤੁਸੀਂ ਅਪਲਾਈ ਕਰਵਾਓ। ਬਾਈ ਰਿਸਕ ਹਰੇਕ ਨੂੰ ਲੈਣਾ ਪੈਂਦਾ ਜ਼ਿੰਦਗੀ 'ਚ, ਜੇ ਰਿਸਕ ਨਹੀਂ ਲੈ ਸਕਦੇ ਤਾਂ ਤੁਸੀਂ ਆਪਦੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦੇ। ਰਿਸਕ ਹੀ ਇੱਕ ਸਕਸੈਸ ਦਾ ਰਸਤਾ ਕੋਈ ਵੀ ਬੰਦਾ ਹੈ ਨਾ। ਕਈ ਬੰਦੇ ਪੜ੍ਹੇ ਲਿਖੇ ਆ, ਨੌਕਰੀ ਕਰਨਾ ਪਸੰਦ ਕਰਦੇ ਆ, ਪਰ ਜੇ ਆਪਾਂ ਕੋਈ ਆਪਦਾ ਬਿਜ਼ਨਸ ਰਨ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਰਿਸਕ ਲੈਣਾ ਪੈਂਦਾ, ਫਿਰ ਹੀ ਅੱਗੇ ਜਾ ਕੇ ਕਾਮਯਾਬੀ ਮਿਲਦੀ ਆ। ਠੀਕ ਹੈ ਜੀ, ਉਹਦੇ ਲਈ ਤੁਹਾਡਾ ਦਿਲ ਵੱਡਾ ਹੋਣਾ ਚਾਹੀਦਾ, ਉਹ ਤੁਹਾਨੂੰ ਰਿਸਕ ਲੈਣਾ ਪੈਣਾ, ਜੰਟ 'ਤੇ ਭਰੋਸਾ ਕਰਨਾ ਪੈਣਾ ਹੀ ਆ, ਚਾਹੇ ਨਾ ਕਰੋ ਚਾਹੇ ਕਰੋ। ਆਪਾਂ ਕਹਿੰਦੇ ਹਾਂ ਬਾਈ ਯਾਰ ਤੂੰ ਦੱਸ ਦੇ, ਮੈਂ ਦੱਸਤਾ ਅਤੇ ਤੁਹਾਡਾ ਨਾਂ ਲੱਗਿਆ, ਤੁਸੀਂ ਕਹਿਣਾ ਬਾਈ ਬੰਦੇ ਨੇ ਯਾਰ ਪੁੱਛਿਆ ਸੀ ਸਾਡਾ ਬੀਜਨ ਲੱਗਿਆ, ਜੇ ਲੱਗ ਗਿਆ ਫਿਰ ਤਾਂ ਯਾਦ ਕਰਨ ਲਈ ਕਿਹਨੇ ਆ, ਹੈ ਨਾ। ਇਸ ਲਈ ਰਿਸਕ ਜੰਟ ਤੁਸੀਂ ਖੁਦ ਲੱਭੋ, ਰਿਸਕ ਲਓ ਅਤੇ ਤੁਸੀਂ ਸਿੱਧਾ ਕਰੋਸੀਆ ਜਾ ਸਕਦੇ ਹੋ, ਲਾਈਸੈਂਸ ਚੇਂਜ ਹੋ ਜਾਂਦਾ, ਵਧੀਆ ਓਪਰਚੁਨਿਟੀ ਆ। ਬਹੁਤ ਵੀਰ ਆ ਚੁੱਕੇ ਆ, ਬਹੁਤ ਵੀਰ ਸਾਨੂੰ ਇੱਥੇ ਡਰਾਈਵਰ ਮਿਲਦੇ ਆ, ਪੰਜਾਬੀ, ਪਾਕਿਸਤਾਨੀ, ਸ਼੍ਰੀਲੰਕਾ ਦੇ, ਨੇਪਾਲ ਦੇ, ਕਿ ਬਾਈ ਅਸੀਂ ਸਿੱਧਾ ਆਏ ਹਾਂ। ਅਤੇ ਕਈ ਵੀਰ ਦੁਬਈ ਤੋਂ ਵੀ ਆ ਰਹੇ ਆ, ਉਹ ਵੀ ਮਿਲੇ ਨੇ। ਠੀਕ ਹੈ, ਕਈ ਵੀਰ ਉੱਥੇ ਕੰਮ ਕਰਦੇ ਸੀਗੇ, ਉਹਨਾਂ ਨੇ ਏਜੰਟ ਲੱਭ ਕੇ ਉੱਥੇ ਚੇਂਜ ਕਰਾ ਕੇ ਉੱਥੇ ਹੀ ਡਰਾਈਵਰੀ 'ਚ ਆਪਦਾ ਜੋਬ ਨੂੰ ਕਨਵਰਟ ਕਰਾ ਲਿਆ, ਉੱਥੇ ਕੰਮ ਕਰ ਲੱਗ ਗਏ। ਪਰ ਕਰਨਾ ਕੀ ਆ, ਤੁਹਾਨੂੰ ਮਿਹਨਤ ਕਰਨੀ ਪੈਣੀ ਆ। ਹਰ ਇੱਕ ਚੀਜ਼ ਬਣੀ ਬਣਾਈ ਨਹੀਂ ਮਿਲਦੀ, ਹੈ ਨਾ, ਅਤੇ ਉਹ ਮਿਹਨਤ ਕਰਨ ਦੇ ਨਾਲ ਸਾਰਾ ਕੁਛ ਹੀ ਮਿਲ ਜਾਂਦਾ। ਇਸ ਲਈ ਇੱਕ ਕਰੋਸ਼ੀਆ ਦੇਸ਼ ਦਾ ਇੱਕ ਮੈਸੇਜ ਸੀਗਾ ਮੇਰੇ ਵੱਲੋਂ, ਕਈ ਵੀਰਾਂ ਦੇ ਮੈਸੇਜ ਆਉਂਦੇ ਸੀ ਬਾਈ ਕਿਵੇਂ ਦਾ, ਇੱਕ ਵੀਡੀਓ ਬਣਾ ਕੇ ਭੇਜਦੇ ਯਾਰ, ਵੀ ਵਧੀਆ ਦੇਸ਼ ਆ, ਮੁੰਡੇ ਸਾਨੂੰ ਕਹਿੰਦੇ ਵੀ ਕਿਵੇਂ ਆ, ਹੈ ਨਾ, ਵਧੀਆ ਦੇਸ਼ ਆ ਬਾਈ, ਤੁਸੀਂ ਆ ਸਕਦੇ ਹੋ। ਅਤੇ ਅੱਗੇ ਆ ਕੇ ਤੁਸੀਂ ਕਹਿੰਦੇ ਵੀ ਕੰਪਨੀ ਮਾੜੀ ਨਿਕਲੀ, ਕਈਆਂ ਨੂੰ ਚੰਗੀ ਮਿਲ ਜਾਂਦੀ ਆ। ਫਿਰ ਇਹ ਹਰੇਕ ਦੇਸ਼ 'ਚ ਹੁਣ ਦੁਬਈ ਵੀ ਆਪਾਂ ਜਾਂਦੇ ਹਾਂ, ਕਈ ਟਰਾਂਸਪੋਰਟਾਂ ਚੰਗੀਆਂ ਨੇ, ਕਈ ਮਾੜੀਆਂ ਨੇ, ਬੰਦੇ ਦੇ ਅੱਗੇ ਕੀ ਹੋ ਜਾਣਾ ਕੁਛ ਨਹੀਂ ਪਤਾ ਹੁੰਦਾ। ਪਰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਜੇ ਉਹ ਚੀਜ਼ਾਂ ਦੇਖੀਏ ਤਾਂ ਆਪਾਂ ਉੱਠ ਕੇ ਤੁਰੀਏ ਹੀ ਨਾ। ਆਓ, ਵਧੀਆ ਦੇਸ਼ ਆ, ਵਧੀਆ ਓਪਰਚੁਨਿਟੀ ਆ, ਤੁਸੀਂ ਇੱਥੇ ਆ ਕੇ ਸੈਟਲ ਹੋ ਸਕਦੇ। ਧੰਨਵਾਦ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਰੱਬ ਰੱਖ।